ਪੰਜਾਹ ਚਾਰ ਕਿੱਲੇ ਜਿਹੜਾ ਮਾਮਾ ਵਾਹੀ ਜਾਂਦਾ ਇਹ ਵੀ ਲਾਉਣਾ ਆਪਾਂ ਕਿਉਂਕਿ ਨਹਿਰ ਦੇ ਵਿੱਚ ਪਾਣੀ ਆ ਗਿਆ ਅਤੇ ਉਹ ਸਾਹਮਣੇ ਖਾਲਾ ਏ ਉਹਦੇ ਨਾਲ ਉਹਨਾਂ ਖੁੱਡਾਂ ਪੈ ਜਾਂਦੀਆਂ ਅਤੇ ਗਿੱਲਾ ਹੋ ਜਾਂਦਾ ਅਤੇ ਹੁਣ ਮੰਨ ਲਓ ਪਹਿਲਾਂ ਇੱਕਰਾ ਕਿਰਾਇਆ ਲੱਗ ਜਾਣਾ ਫੇਰ ਕੱਲ੍ਹ ਪਾਣੀ ਪੈ ਵੀ ਜਾਏ ਕੋਈ ਚੱਕਰ ਨਹੀਂ ਅਤੇ ਆਹ ਆਪਣਾ ਡਿੱਗੀ ਵਾਲਾ ਪਲਾਂਟ ਸੀ ਉਹਨੂੰ ਲੱਗਣਗੇ ਦੋ ਇਹਨੂੰ ਲੱਗਣਗੇ ਵਧੀਆ ਹੋ ਜੂਗਾ ਅਤੇ ਟਰੈਕਟਰ 'ਚ ਡੀਜ਼ਲ ਰਹਿ ਗਿਆ ਥੋੜ੍ਹਾ ਹੀ ਡੀਜ਼ਲ ਥੋੜ੍ਹਾ ਰਹਿ ਗਿਆ 15 ਕੁ ਲੀਟਰ ਹੋਊਗਾ ਅਤੇ ਡੀਜ਼ਲ ਵੀ ਪਾਵਾਂਗੇ ਹੁਣ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਦੇ ਆਈਕਨ ਨੂੰ ਦਬਾ ਲਿਓ ਹਾਂ ਵੀ ਇੱਧਰ ਨਾਲ ਨਾਲ ਪਾਣੀ ਪਿਆ ਸੀ ਹੁਣ ਵਾਹੀ ਆ ਦੁਬਾਰਾ ਫਿਰ ਹੁਣ ਤੀਜੇ ਵੀਡੀਓ 'ਚ ਚੱਲਦਾ ਪਿਆ ਏ 1200 ਚੱਕਰਾਂ ਦੇ ਬਹੁਤ ਵਧੀਆ ਪਰਫੋਰਮੈਂਸ ਆ ਟਰੈਕਟਰ ਦੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਦੇ ਆਈਕਨ ਨੂੰ ਦਬਾ ਲਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਵੀਰੇ ਲੈ ਕੇ ਆਏ ਹਾਂ ਆਪਣੇ ਨਾ ਕਿਰਾਏ ਦਾ ਹੋ ਗਿਆ ਸੀ ਆਟੋ ਵਾਲਾ ਬਟਨ ਹੁੰਦਾ ਨਾ ਜਿਹੜਾ ਉਹਦੀ ਤਾਰ ਲੈ ਗਈ ਸੀ ਅਤੇ ਉਹ ਹੁਣ ਡਰਾਈਵਰ ਦਾ ਮੈਨੂੰ ਫੋਨ ਆਇਆ ਮੇਰੀ ਚੱਲਦਾ ਚੱਲਦਾ ਆਟੋ ਬੰਦ ਹੋ ਗਿਆ ਕੰਮ ਕਰਨ ਨੂੰ ਛੱਡ ਗਿਆ ਮੰਨ ਲਓ ਕੋਈ ਕਿਰਾਇਆ ਵੀ ਨਹੀਂ ਚੱਲਦਾ ਪਿਆ ਅਤੇ ਮੈਂ ਜਾ ਕੇ ਵੇਖਿਆ ਅਤੇ ਮੈਨੂੰ ਲੱਗਿਆ ਜਿਵੇਂ ਤਾਰ ਲੈ ਗਈ ਵਿੱਚੋਂ ਅਤੇ ਮੈਂ ਚਲੋ ਵੀਡੀਓ ਸਾਂਝੀ ਵੀਰਾਂ ਨਾਲ ਕਰੀਏ ਹੁਣ ਮੈਂ ਨਾ ਪਿੰਡ ਚੱਲਿਆ ਸੀ ਉਹਨੂੰ ਟਾਂਕਾ ਲਵਾ ਕੇ ਲਿਆਉਣੇ ਕਾਫੀ ਇਹ ਨਾਲ ਲੱਗਦਾ ਵੈਸੇ ਵੀ ਜਾਊ ਮੈਂ ਚੱਲ ਪੱਕਾ ਕੰਮ ਕਰਾ ਲੈਂਦੇ ਹਾਂ ਅਤੇ ਮੈਂ ਖੋਲ੍ਹ ਕੇ ਘਰ ਲੈ ਆਇਆ ਸੀ ਅਤੇ ਹੁਣ ਚੱਲੇ ਹਾਂ ਪਿੰਡ ਟਾਂਕਾ ਲਵਾਉਣ ਅਤੇ ਤੁਹਾਨੂੰ ਵਿਖਾਉਣਾ ਕਿਹੜੀ ਤਾਰ ਲੱਥੀ ਆ ਜੀ ਆਟੋ ਵਾਲੀ ਅਤੇ ਮੈਂ ਵੀਡੀਓ ਤਾਂ ਬਣਾਉਣਾ ਪਾ ਵੀ ਕਈ ਵਾਰੀ ਹੋ ਜੇ ਅਤੇ ਇੰਨਾ ਕੰਮ ਬੰਨਣਾ ਨਹੀਂ ਚਾਹੀਦਾ ਘਰ ਵੀ ਖੋਲ੍ਹ ਕੇ ਬੰਦਾ ਵੇਖ ਸਕਦਾ ਵੀ ਕੀ ਹੋਇਆ ਚੀਜ਼ ਨੂੰ ਅਤੇ ਤਾਂ ਕਰਕੇ ਅੱਗੇ ਵੀਡੀਓ ਵੇਖ ਮੈਂ ਤੈਨੂੰ ਵਿਖਾਉਣਾ ਜੀ ਆਹ ਵੇਖੋ ਲਾਈਕਾ ਦਾ ਆਪਣਾ ਸਿਸਟਮ ਅਤੇ ਇਹਨੂੰ ਨਾ ਕੁਛ ਨਹੀਂ ਹੋਇਆ ਆਹ ਤਾਰ ਲੈ ਗਈ ਜਾਂਦੀ ਆਹ ਵੇਖੋ ਇੱਥੇ ਲੱਗਣੀ ਹੈ ਇੱਥੇ ਲੱਗਣੀ ਆ ਵਿਚਾਲੇ ਆਹ ਹਰੀ ਤਾਰ ਲੈ ਗਈ ਆ ਅਤੇ ਇਹਦੇ ਕਰਕੇ ਉਹ ਆਟੋ ਵਾਲਾ ਬੰਦ ਹੋ ਗਿਆ ਸੀ ਅਤੇ ਹੁਣ ਇਹ ਖੋਲ੍ਹ ਲਿਆ ਮੈਂ ਘਰੇ ਨਾਟਿਨ ਦੇ ਤੁਹਾਨੂੰ ਚੱਲਿਆ ਜੀ ਮੈਂ ਪਿੰਡ ਅਤੇ ਇਹ ਲਵਾ ਕੇ ਲਿਆਉਣਾ ਆਪਾਂ ਇਹਨੂੰ ਟੈਂਕਾ ਅਤੇ ਉਸ ਤੋਂ ਬਾਅਦ ਇਹ ਚੱਲ ਪਏਗਾ ਵਧੀਆ ਫਿਰ ਮੈਂ ਤੁਹਾਨੂੰ ਉੱਥੇ ਲਾ ਕੇ ਵਿਖਾਊਂਗਾ ਮੰਨ ਲਓ ਕਿਵੇਂ ਵਰਕ ਕਰਦਾ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਦੇ ਆਈਕਨ ਨੂੰ ਦਬਾ ਲਿਓ ਆਪਾਂ ਇੱਦਾਂ ਦੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਭਰ ਕੇ ਜਾਵਾਂਗੇ ਫਾਜ਼ਿਲਕਾ ਉੱਥੇ ਪੰਪ ਖਿਲਾ ਕੇ ਪੰਪ ਕਰਾ ਕੇ
ਕਿਹੜਾ ਕਿਧਰਾ ਲਾਂਗੇ ਮੰਨ ਲਓ ਜਾਂਦੇ ਆ ਕਿੰਨਾ ਸਾਡਾ ਪੰਪ ਕਰਾਉਣ ਤੋਂ ਬਾਅਦ ਆਉਂਦੇ ਹਾਂ ਫਿਰ ਮੰਨ ਲਓ ਤੁਹਾਡੇ ਸਰੋਤ ਪੈਂਦੀ ਭਰੀ ਹੋਊਗੀ ਖਾਣ ਦੀ ਪਿੰਡ ਫਿਰ ਭਰਾ ਲਾਂਗੇ ਪਤਾ ਲੱਗ ਜੂਗਾ ਕਿੰਨਾ ਡੀਜ਼ਲ ਖਾਧਾ ਫਰਕ ਪੈਂਦਾ ਕਿਹੜੇ ਪੰਪ ਕਰਾਉਣ ਤੋਂ ਬਾਅਦ ਉਹ ਆਪਣੇ ਸੱਜਣ ਨੇ ਚੰਗੀ ਜਾਣ ਪਛਾਣ ਆਪਣੀ ਉਹਨਾਂ ਨਾਲ ਹੋਣਾ ਅਤੇ ਉਹ ਕਹਿੰਦੇ ਆ ਵੀ ਸਾਡੇ ਕੋਲ ਇਸ ਤਰ੍ਹਾਂ ਤੁਸੀਂ ਪੰਪ ਕਰਾ ਕੇ ਦੇਖੋ ਆਪਾਂ ਇੱਕ ਟਰੈਕਟਰ ਦਾ ਕਰਾਇਆ ਆਪਣੇ ਰੋਪੜ ਵਾਲੇ ਟਰੈਕਟਰ ਦਾ ਉਹ ਤਾਂ ਕਹਿੰਦੇ ਬਹੁਤ ਵਧੀਆ ਚੱਲਦਾ ਵਾ ਟਰੈਕਟਰ ਅਤੇ ਆਪਾਂ ਵੀ ਹੁਣ ਕਰਾਵਾਂਗੇ ਇੱਕ ਗੇਮ ਜ਼ਰੂਰ ਵੀਰੇ ਉਦੋਂ ਉਹਨੇ ਨਾ ਗ੍ਰੈਂਡ ਕਰਕੇ ਪਾਈ ਮੈਨੂੰ ਗੇਮ ਦਾ ਵੀ ਫਾਲਟ ਲੱਗਦਾ ਕਿ ਟਰੈਕਟਰ ਦਾ ਵੀ ਜਾਂਦਾ ਲਓ ਜੀ ਚੱਲੇ ਹਾਂ ਜੀ ਖੇਤ ਮੌਸਮ ਬਾਰਿਸ਼ ਪਈ ਜਾਂਦੀ ਆ ਥੋੜ੍ਹੀ ਥੋੜ੍ਹੀ ਅੱਗੇ ਵੀਰ ਫੱਟ ਕਰਕੇ ਆਇਆ ਜੀ ਦੋ ਢਾਈ ਕਿਲੇ ਤੁਹਾਨੂੰ ਫਿਰ ਕਰਨ ਚੱਲੇ ਹਾਂ ਹੁਣ ਨਹਿਰ 'ਚ ਪਾਣੀ ਆ ਗਿਆ ਸੀ ਅਤੇ ਬਾਰੀ ਲੱਗੀ ਹੋਈ ਆ ਆਪਣੀ ਸਵੇਰ ਦੀ ਦੋ ਢਾਈ ਕਿਲੇ ਅੱਗੇ ਮਾਰ ਆਇਆ ਜੀ ਫੱਟ ਕੇ ਹੁਣ ਫਿਰ ਚੱਲੇ ਹਾਂ ਅਤੇ ਉਹ ਨਾ ਹੱਲ ਨਹੀਂ ਮੰਜੇ ਸੀ ਅਤੇ ਦੂਸਰਾ ਟਰੈਕਟਰ ਨਾਲ ਅੱਗੇ ਗਿਆਸ ਮਾਰਾਂਗੇ ਅਤੇ ਮਗਰ ਮਗਰ ਮਾਰ ਦੇਣਗੇ ਸਕੀਮ ਤਾਂ ਇਹੀ ਆ ਬਾਕੀ ਉੱਥੇ ਜਾ ਕੇ ਇਹਨੇ ਅੱਗੇ ਬਣਦਾ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਦਾ ਇੱਕ ਦਬਾ ਲਿਓ ਆਪਾਂ ਇੱਦਾਂ ਦੀ ਵੀਡੀਓ ਲੈ ਕੇ ਆਉਂਦੇ ਰਹੇ ਸਤਿ ਸ਼੍ਰੀ ਅਕਾਲ ਜੀ ਲਓ ਜੀ ਤਿੰਨ ਕਿੱਲਿਆਂ ਦਾ ਇੱਕ ਹੀ ਪਲਾਟ ਉਹ ਉੱਥੇ ਬੈਠੇ ਆ ਆਪਣੇ ਹੱਲ ਨਹੀਂ ਫਿਰ ਮਾਰੇ ਵੀ ਕਿੱਡਾ ਅਸੀਂ ਕੰਮ ਚੱਲਦਾ ਪਹਿਲਾਂ ਉਵੇਂ ਮਾਰ ਲੱਗੇ ਸਾਢੇ ਨੌ ਵੱਜ ਗਏ ਨੇ ਰੋਟੀ ਰਾਟੀ ਖਾਂਦੇ ਹਾਂ ਜਾ ਕੇ ਫਿਰ ਵੇਖਦੇ ਹਾਂ ਵੀ ਹੋਰ ਕੋਈ ਰਿਫੰਡ ਕਰਨਾ ਕਿ ਨਹੀਂ ਕਰਨਾ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਦਾ ਆਈਕਨ ਦਬਾ ਦਿਓ ਆਪਾਂ ਇੱਦਾਂ ਦੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ
मिलते हैं मेरे अगे नेक्स्ट पार्ट।